16 ਤਰੀਕ ਨੂੰ ਵਕਤ ਕਰੀਬ 3 ਵਜੇ ਸਕੂਲੀ ਬੱਚਿਆਂ ਦੇ ਵਿੱਚ ਆਪਸੀ ਤਕਰਾਰ ਹੋਇਆ ਸੀ, ਜਿਸ ਵਿੱਚ ਦੋ ਲੜਕੇ ਜਿਹੜੇ ਇੱਕ ਅਭਿਰਾਜ ਪਾਲ ਸਿੰਘ ਅਤੇ ਇੱਕ ਲੜਕਾ ਹੋਰ ਜਿਹੜਾ ਉਹ ਇੰਜਰਡ ਹੋਇਆ ਸੀ, ਜੋ ਅਜੇ ਵੀ ਜ਼ਿਲ੍ਹੇ ਇਲਾਜ ਅਧੀਨ ਹਨ। ਜਿਹਨਾਂ ਲੜਕਿਆਂ ਨੇ ਬਦਮਾਸ਼ੀ ਕੀਤੀ ਜਾਂ ਅਨੁਸ਼ਾਸਨ ਭੰਗ ਕੀਤਾ ਉਹਨਾਂ ਦੇ ਪ੍ਰਤੀ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਆਪਣੇ ਏਐਸਆਈ ਹਰਜਿੰਦਰ ਸਿੰਘ ਦੇ ਬਿਆਨਾਂ ਪਰ ਇਹਨਾਂ ਸਾਰਿਆਂ ਦੇ ਉੱਤੇ ਕਾਰਵਾਈ ਕੀਤੀ ਹੈ। ਪਰਚਾ ਦਰਜ ਹੋਇਆ ਇਹਨਾਂ ਦੇ ਉੱਪਰ, ਜਿਸ ਵਿੱਚ ਅਸੀਂ ਨਵੇਂ ਕਾਨੂੰਨਾਂ ਦੇ ਤਹਿਤ 115(2), 118(1), 194(2), 351(3), 191(8) ਅਤੇ 190(B) ਐਨ ਐਸ ਐਕਟ ਦੇ ਤਹਿਤ ਇਹਨਾਂ ਦੇ ਵੀ ਤੁਰੰਤ ਕਾਰਵਾਈ ਕੀਤੀ ਗਈ ਹੈ। ਹਾਂਜੀ, ਇਸ ਦੇ ਵਿੱਚ ਇੱਕ ਦੋ ਇੱਕ ਪਿਓ ਪੁੱਤਰ ਹੀ ਹੈ ਜੀ ਆਪਸ ਵਿੱਚ। ਕੁਛ ਲੜਕਿਆਂ ਦੇ ਛੋਟੇ ਨਾਮ ਜਿਹਨਾਂ ਸੁਖਮਨ, ਗਗਨ, ਮਿੱਠੂ, ਦਮਨ ਚੌਹਾਨ ਅਤੇ ਅਰਸ਼ ਜਿਹੜੇ ਆ ਉਹਨਾਂ ਦੇ ਨਾਮ, ਅਤੇ ਨਿਤਿਸ਼ ਅਤੇ ਨੀਰ ਤਿਵਾੜੀ ਜਿਹੜੇ ਇਹਨਾਂ ਦੇ ਬਰਖਿਲਾਫ ਕਾਰਵਾਈ ਕੀਤੀ ਗਈ ਹੈ। ਬਿਲਕੁਲ ਜੀ, ਜੋ ਅਨੁਸ਼ਾਸਨ ਭੰਗ ਕਰੇਗਾ ਅਤੇ ਲਾ ਐਂਡ ਆਰਡਰ ਜਿਹੜਾ ਭੰਗ ਕਰੇਗਾ ਉਸਦੇ ਪ੍ਰਤੀ ਤੁਰੰਤ ਕਾਰਵਾਈ ਹੋਏਗੀ। ਚਾਹੇ ਮੈਂ ਪਬਲਿਕ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਉਹ ਤੁਰੰਤ ਜੇ ਕਿਸੇ ਦੇ ਨਾਲ ਕੋਈ ਹਾਦਸਾ ਵਾਪਰਦਾ ਤਾਂ ਉਹ ਸਾਨੂੰ ਜਾਣਕਾਰੀ ਦੇਵੇ। ਅਗਰ ਕੋਈ ਜਾਣਕਾਰੀ ਦਿੰਦਾ ਹੈ ਪਰ ਉਹ ਸਟੇਟਮੈਂਟ ਨਹੀਂ ਲਿਖਾਉਂਦਾ ਤੇ ਤਾਂ ਵੀ ਅਸੀਂ ਜਿਹੜੇ ਬੰਦੇ ਨੇ ਅਨੁਸ਼ਾਸਨ ਭੰਗ ਕੀਤਾ ਹੈ ਉਸਦੇ ਪ੍ਰਤੀ ਅਸੀਂ ਤੁਰੰਤ ਆਪਣੇ ਬਿਆਨਾਂ ਪਰ ਵੀ ਇਹੀ ਕਾਰਵਾਈ ਕਰਾਂਗੇ, ਕਿਉਂਕਿ ਨਹੀਂ ਅਜੇ ਸਾਰੇ ਦੌੜੇ ਆ ਇਹਨਾਂ ਦੇ ਘਰਾਂ ਉੱਪਰ ਰੇਡ ਕੀਤੇ ਜਾ ਰਹੇ ਆ। 16 ਤਰੀਕ ਨੂੰ ਵਕਤ ਕਰੀਬ 3 ਵਜੇ ਸਕੂਲੀ ਬੱਚਿਆਂ ਦੇ ਵਿੱਚ ਆਪਸੀ ਤਕਰਾਰ ਹੋਇਆ ਸੀ, ਜਿਸ ਵਿੱਚ ਦੋ ਲੜਕੇ ਜਿਹੜੇ ਇੱਕ ਅਭਿਰਾਜ ਪਾਲ ਸਿੰਘ ਅਤੇ ਇੱਕ ਲੜਕਾ ਹੋਰ ਜਿਹੜਾ ਉਹ ਇੰਜਰਡ ਹੋਇਆ ਸੀ, ਜੋ ਅਜੇ ਵੀ ਜ਼ਿਲ੍ਹੇ ਇਲਾਜ ਅਧੀਨ ਹਨ। ਜਿਹਨਾਂ ਲੜਕਿਆਂ ਨੇ ਬਦਮਾਸ਼ੀ ਕੀਤੀ ਜਾਂ ਅਨੁਸ਼ਾਸਨ ਭੰਗ ਕੀਤਾ ਉਹਨਾਂ ਦੇ ਪ੍ਰਤੀ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਆਪਣੇ ਏਐਸਆਈ ਹਰਜਿੰਦਰ ਸਿੰਘ ਦੇ ਬਿਆਨਾਂ ਪਰ ਇਹਨਾਂ ਸਾਰਿਆਂ ਦੇ ਉੱਤੇ ਕਾਰਵਾਈ ਕੀਤੀ ਹੈ। ਪਰਚਾ ਦਰਜ ਹੋਇਆ ਇਹਨਾਂ ਦੇ ਉੱਪਰ, ਜਿਸ ਵਿੱਚ ਅਸੀਂ ਨਵੇਂ ਕਾਨੂੰਨਾਂ ਦੇ ਤਹਿਤ 115(2), 118(1), 194(2), 351(3), 191(8) ਅਤੇ 190(B) ਐਨ ਐਸ ਐਕਟ ਦੇ ਤਹਿਤ ਇਹਨਾਂ ਦੇ ਵੀ ਤੁਰੰਤ ਕਾਰਵਾਈ ਕੀਤੀ ਗਈ ਹੈ। ਹਾਂਜੀ, ਇਸ ਦੇ ਵਿੱਚ ਇੱਕ ਦੋ ਇੱਕ ਪਿਓ ਪੁੱਤਰ ਹੀ ਹੈ ਜੀ ਆਪਸ ਵਿੱਚ। ਕੁਛ ਲੜਕਿਆਂ ਦੇ ਛੋਟੇ ਨਾਮ ਜਿਹਨਾਂ ਸੁਖਮਨ, ਗਗਨ, ਮਿੱਠੂ, ਦਮਨ ਚੌਹਾਨ ਅਤੇ ਅਰਸ਼ ਜਿਹੜੇ ਆ ਉਹਨਾਂ ਦੇ ਨਾਮ, ਅਤੇ ਨਿਤਿਸ਼ ਅਤੇ ਨੀਰ ਤਿਵਾੜੀ ਜਿਹੜੇ ਇਹਨਾਂ ਦੇ ਬਰਖਿਲਾਫ ਕਾਰਵਾਈ ਕੀਤੀ ਗਈ ਹੈ। ਬਿਲਕੁਲ ਜੀ, ਜੋ ਅਨੁਸ਼ਾਸਨ ਭੰਗ ਕਰੇਗਾ ਅਤੇ ਲਾ ਐਂਡ ਆਰਡਰ ਜਿਹੜਾ ਭੰਗ ਕਰੇਗਾ ਉਸਦੇ ਪ੍ਰਤੀ ਤੁਰੰਤ ਕਾਰਵਾਈ ਹੋਏਗੀ। ਚਾਹੇ ਮੈਂ ਪਬਲਿਕ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਉਹ ਤੁਰੰਤ ਜੇ ਕਿਸੇ ਦੇ ਨਾਲ ਕੋਈ ਹਾਦਸਾ ਵਾਪਰਦਾ ਤਾਂ ਉਹ ਸਾਨੂੰ ਜਾਣਕਾਰੀ ਦੇਵੇ। ਅਗਰ ਕੋਈ ਜਾਣਕਾਰੀ ਦਿੰਦਾ ਹੈ ਪਰ ਉਹ ਸਟੇਟਮੈਂਟ ਨਹੀਂ ਲਿਖਾਉਂਦਾ ਤੇ ਤਾਂ ਵੀ ਅਸੀਂ ਜਿਹੜੇ ਬੰਦੇ ਨੇ ਅਨੁਸ਼ਾਸਨ ਭੰਗ ਕੀਤਾ ਹੈ ਉਸਦੇ ਪ੍ਰਤੀ ਅਸੀਂ ਤੁਰੰਤ ਆਪਣੇ ਬਿਆਨਾਂ ਪਰ ਵੀ ਇਹੀ ਕਾਰਵਾਈ ਕਰਾਂਗੇ, ਕਿਉਂਕਿ ਅਜੇ ਸਾਰੇ ਦੌੜੇ ਆ ਇਹਨਾਂ ਦੇ ਘਰਾਂ ਉੱਪਰ ਰੇਡ।